ਜੋ ਵੀ ਇਹ ਸਰਕਾਰਾਂ ਕਰ ਰਹੀਆਂ ਵਾ, ਅੱਜ ਤੋਂ 25 ਸਾਲ ਪਹਿਲਾਂ ਵੀ ਇਹਨਾਂ ਨੇ ਇਹੋ ਕਰਤੂਤ ਕੀਤੀ ਸੀ ਹਿੰਦੁਸਤਾਨ ਨੂੰ ਵੱਖ ਕਰਨ ਦੀ, ਪਰ ਨਹੀਂ ਹੋ ਸਕਿਆ। ਪਰ ਅੱਜ ਫਿਰ ਇਹ ਸਰਕਾਰਾਂ ਹਿੰਦੁਸਤਾਨ ਦੇ ਟੁਕੜੇ ਕਰਨੇ ਚਾਹੁੰਦੀਆਂ ਨੇ। ਇੱਥੇ ਸਾਡੇ ਵੱਡਿਆਂ ਨੇ ਰਲ ਕੇ ਕੁਰਬਾਨੀਆਂ ਦਿੱਤੀਆਂ ਨੇ। ਇੱਥੇ ਕੋਈ ਹਿੰਦੂ ਸਿੱਖ ਮੁਸਲਮਾਨ ਵਿੱਚ ਅਸੀਂ ਫਰਕ ਨਹੀਂ ਸਮਝਦੇ, ਕਿਉਂਕਿ ਸਾਡੇ ਵੱਡਿਆਂ ਨੇ ਕੁਰਬਾਨੀਆਂ ਕੀਤੀਆਂ ਨੇ। ਅਸੀਂ ਹਿੰਦੁਸਤਾਨ ਦੇ ਟੁਕੜੇ ਨਹੀਂ ਹੋਣ ਦਿਆਂਗੇ। ਭਾਵੇਂ ਕੋਈ ਮੁੱਖ ਮੰਤਰੀ ਹੋਵੇ, ਅਸੀਂ ਲੀਡਰਾਂ ਦੀ ਪਰਵਾਹ ਨਾ ਕਰਦੇ ਹੋਏ ਇੱਕ ਦੂਜੇ ਨਾਲ ਦਿਲੋਂ ਪਿਆਰ ਕਰਦੇ ਹਾਂ। ਅਸੀਂ ਮਮਾਨ ਸਾਹਿਬ ਦੇ ਬਦਲੇ ਆਜ਼ਾਦ ਸੇਵਾ ਸੋਸਾਇਟੀ ਦੇ ਸਾਰੇ ਮੈਂਬਰ ਆਪਣੀ ਜਾਨ ਤੇ ਖੇਡ ਜਾਵਾਂਗੇ। ਅਸੀਂ ਮੁਸਲਮਾਨ ਭਰਾਵਾਂ ਦੀ ਪਿੱਠ ਨਹੀਂ ਲੱਗਣ ਦਿਆਂਗੇ, ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਵਾ, ਅਸੀਂ ਸ਼ੁਰੂ ਤੋਂ ਹੀ ਸਾਰਾ ਸੰਸਾਰ ਜਾਣਦਾ ਵਾ। ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੇ ਹਿੰਦੂਆਂ ਦੀ ਰਖਵਾਲੀ ਕੀਤੀ ਸੀ, ਇਹ ਮੁਸਲਮਾਨ ਵੀ ਸਾਡੇ ਆਪਣੇ ਆ, ਇਹ ਗੈਰ ਨਹੀਂ ਆ। ਹਰਿਮੰਦਰ ਸਾਹਿਬ ਦੀ ਨੀਂਹ ਵੀ ਇੱਕ ਮੁਸਲਮਾਨ ਕੋਲੋਂ ਹੀ ਰਖਵਾ ਕੇ ਸਾਡਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸਭ ਦਾ ਸਾਂਝਾ ਵਾ। ਇੱਕ ਹਰਿਮੰਦਰ ਸਾਹਿਬ ਵੀ ਆ ਜਿੱਥੇ ਰਾਮ ਅੱਲਾ ਦੇ ਵਾਹਿਗੁਰੂ ਕਿਹਾ ਜਾਂਦਾ ਵਾ, ਅਸੀਂ ਉਸੇ ਹੀ ਉਹਨਾਂ ਦੇ ਹੀ ਸਪੁੱਤਰ ਆ। ਅੱਜ ਦਿਲੋਂ ਜਾਨ ਨਾਲ ਹੀ ਵਾਅਦਾ ਕਰਦੇ ਮਮਾਨ ਸਾਹਿਬ ਨਾਲ, ਅਸੀਂ ਤੁਹਾਡੇ ਨਾਲ ਦਿਲੋਂ ਜਾਨ ਤੋਂ ਖਲੋਤੇ ਹਾਂ, ਸਦਾ ਹੀ ਖਲੋਤੇ ਰਹਾਂਗੇ। ਸਤਿ ਸ਼੍ਰੀ ਅਕਾਲ।